हाँ जी भरावो आ देखो फार्म च कई कहते होंगे भी किदां दा काम आ देखो धारा का काम इदां दा हुंदा धारा दियां सारियां मशीनां ने आ देखो लाउणियां पैंदियां ने इहदे जानी जे तां हुंदियां ने 12 मशीनां ने टोटल जिहड़ियां तुसीं देख रहे हो आ देखो 12 मशीनां हुंदियां ने इहदे च दो जणियां ने चोणियां हुंदियां ने इह 12 इधर 24 मशीनां हुंदियां ने आ देखो हैरी है मेरे नाल इधर हंगरी वाला इधर देखो ए हंगरी वाला पासा मूंह का ऑटोमैटिक आपे लै जानिया ने एक बंदे ने मूहरे खड़ना देखो आ देखो ये मूहरे खड़ता बंदा इन्हें जानी फिल्टर भी बदलना वा ये दुध सारा कट्ठा होके ए च जांदा आ घड़े जे देखो फैरी अपना लाता हुआ मशीन गेप गेप कहते मशीन इधर हंगरी च गेप कहते देखो लाता इन्हें मशीन बंदा काम बहुत करता तेज तेज फासा दुध नू तेज कहता है कहना भी हाँ देखो स्पीड देखो बंदे दी इन्हें छे मशीन लाउनिया ने छे इधर मैं ला दिना वा जानू हाँ देखो दुध देखो ए लाता लाता ला भी आ देखो दुध च देखो ये कई बार लहू भी आ जाता वा खून भी आ जाता वा इधर फासा ਵਧੀਆ ਨੂੰ ਕਹਿੰਦੇ ਨੇ ਫਾਸਾ ਨਾਲ ਦੀ ਨਾਲ ਹੰਗਰੀ ਵੀ ਸਿੱਖੀ ਚੱਲੋ ਬਾਈ ਆਹ ਦੇਖੋ ਆਹ ਝਾਗਾ ਜਿਹੜੀ ਆਪਾਂ ਲਾਉਣੀ ਆ ਇਹਦੇ ਨਾਲ ਆਪਾਂ ਝੱਗ ਲਾਈ ਜਾਂਗੇ ਥਣ ਸਾਫ ਕਰਨ ਨੂੰ ਆਹ ਪੇਪਰ ਆ ਜੀ ਇਹਦੇ ਨਾਲ ਪੇਪਰ ਨਾਲ ਆਪਾਂ ਸਾਫ ਕਰਨਾ ਵਾ ਥਣ ਸਾਫ ਕਰਨਾ ਇਹਦੇ ਨਾਲ ਉਦੋਂ ਬਾਅਦ ਮਸ਼ੀਨ ਲਾਉਣੀ ਆ ਇਹ ਇੰਟਰਵਿਊ 'ਚ ਪੁੱਛਦੇ ਹੁੰਦੇ ਆ ਜਦੋਂ ਤੁਸੀਂ ਹੰਗਰੀ ਦੀ ਇੰਟਰਵਿਊ ਦੇਣੀ ਆ ਵੀ ਭਾਈ ਹਾਂ ਵੀ ਕਿਵੇਂ ਹੈ ਨਾ ਇੰਟਰਵਿਊ 'ਚ ਜਾਣੀਏ ਆਪਾਂ ਤਾਂ ਸਾਰਾ ਕੁਝ ਪੁੱਛਦੇ ਹੁੰਦੇ ਆ ਵੀ ਭਾਈ ਕਿਵੇਂ ਆ ਤੁਸੀਂ ਹੈ ਨਾ ਖਾਣ ਸਾਫ਼ ਕਰਨੇ ਆ ਉੱਥੇ ਫਾਰਮ 'ਚ ਜਾ ਕੇ ਆ ਦੇਖੋ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਂਦਾ ਜੇਕਰ ਤਾਂ ਇੰਟਰਵਿਊ ਦੇਣ ਜਾਓ ਐਂ ਸਾਫ਼ ਕਰੀ ਦੇਣਾ ਸਾਨੂੰ ਆਹ ਦੇਖੋ ਝੱਗ ਜੀ ਭਰ ਕੇ ਇਹਨੇ ਲਾਤਾ ਧੁੱਪਾ ਜਿਹਾ ਐਂ ਸਾਫ਼ ਕਰੀ ਜਾਣਾ ਵਾ ਠੀਕ ਆ ਜੀ ਆਹ ਜਿਹੜਾ ਵੇਸਟੇਜ ਹੁੰਦੀ ਆ ਆਪਾਂ ਬੋਰੀ 'ਚ ਪਾਈ ਜਾਂਦੇ ਇੱਥੇ ਇਹ ਸਿੱਟੇ ਹੋਣੇ ਆ ਉੱਧਰ ਜਾ ਕੇ ਬਾਅਦ 'ਚੋਂ ਅਤੇ ਇੰਨਾ ਕੁ ਕੰਮ ਹੁੰਦਾ ਜਾਣੀ ਬਸ ਖੜ੍ਹੇ ਰਹਿਣਾ ਆਹ ਦੇਖੋ ਆਹ ਮਸ਼ੀਨਾਂ ਲੱਗੀ ਜਾਂਦੀਆਂ ਨੇ ਜਦੋਂ ਦੁੱਧ ਹੈ ਨਾ ਚੋਇਆ ਜਾਂਦਾ ਸਾਰਾ ਆਟੋਮੈਟਿਕ ਮਸ਼ੀਨ ਲਾ ਦੇਣੀ ਆ ਅਤੇ ਉਦੋਂ ਬਾਅਦ ਬੈੜੀਆਂ ਕੱਢ ਦੇਣੀਆਂ ਨੇ ਬਾਹਰ ਅਤੇ ਉਹ ਪਿੱਛੇ ਬੰਦੇ ਖੜ੍ਹੇ ਨੇ ਆਪਣੇ ਤੋਂ ਉਹਨਾਂ ਨੇ ਬੈੜੀਆਂ ਵਾੜੀ ਜਾਣੀਆਂ ਬਸ ਆਪਾਂ ਥੱਲੇ ਜਾਣੀ ਇੱਥੇ ਖੜ੍ਹਾ ਰਹਿਣਾ ਵਾ ਅਤੇ ਹੈ ਨਾ ਦੁੱਧ ਚੋਈ ਜਾਣਾ ਵਾ ਇੰਨਾ ਕੁ ਕੰਮ ਹੁੰਦਾ ਆਹ ਦੇਖੋ ਹੁਣ ਇਹਨੇ ਖੂਨ ਵਾਲੀ ਬੈੜੀ ਲਾਤੀ ਸੀ ਉਹਨੂੰ ਬੁੜੇ ਨੂੰ ਇਹਨੂੰ ਪਤਾ ਨਹੀਂ ਲੱਗਦਾ ਆਹ ਦੇਖੋ ਇਹ 'ਚ ਖੂਨ ਆ ਗਿਆ ਨਾ ਹੁਣ ਦੇਖੋ ਆਹ ਦੇਖੋ ਆਹ ਬੰਦਾ ਹੁਣ ਬਦਲੂ ਉੱਥੇ ਮੂਹਰੇ ਦੁੱਧ ਚੜ੍ਹ ਜਾਂਦਾ ਜਦ ਹੀ ਪਤਾ ਲੱਗ ਜਾਂਦਾ ਵੀ ਹੈ ਨਾ ਖੂਨ ਵਾਲੀ ਲੱਗ ਗਈ ਹੁਣੇ ਬਦਲਦਾ ਦੇਖੋ ਉਹਨੂੰ ਖੋਲ੍ਹ ਕੇ ਪੇਪਰ ਜਿਹਾ ਬਦਲ ਦੇਣਾ ਵਾ ਆਹ ਦੇਖੋ ਫਿਲਟਰ ਬਦਲ ਦੇਣਾ ਆਪਾਂ ਜਾਣੀ ਫਿਲਟਰ ਜੇ ਦੁੱਧ ਖਰਾਬ ਆ ਗਿਆ ਜਦ ਹੀ ਫਿਲਟਰ ਬਦਲ ਦਿਓ ਫਿਰ ਦੁੱਧ ਬਚ ਜਾਂਦਾ ਨਹੀਂ ਤਾਂ ਫਿਰ ਦੁੱਧ ਸਾਰਾ ਖਰਾਬ ਹੋ ਜਾਂਦਾ ਅੱਗੇ ਫਿਰ ਪੈਸੇ ਵੀ ਕੱਟੇ ਜਾਂਦੇ ਨੇ ਬਾਈ ਜੇ ਸਾਰਾ ਦੁੱਧ ਖਰਾਬ ਹੋਵੇ ਨਾ ਫਿਰ ਪੈਸੇ ਵੀ ਕੱਟ ਲੈਂਦੇ ਨੇ ਮਾਲਕ ਆਹ ਜ਼ਿਆਦਾ ਦਿਹਾੜੀ ਕੱਟਣਗੇ ਜੇ ਦੁਬਾਰਾ ਦੁੱਧ ਖਰਾਬ ਹੋ ਜਾਵੇ ਫਿਰ ਸਾਰੀ ਤਨਖਾਹ ਹੀ ਕੱਟ ਦਿੰਦੇ ਆ ਕਈ ਵਾਰੀ ਇਹ ਧਿਆਨ ਰੱਖਣਾ ਪੈਂਦਾ ਜਾਣੀ ਜਾਣੀ ਹੁਣ ਇਹਨੇ ਦੇਖ ਲਈ ਸੀ ਜਿਵੇਂ ਵੀ ਖੂਨ ਵਾਲੀ ਲੱਗ ਗਈ ਆਹ ਦੇਖੋ ਹੁਣ ਇਹਨੇ ਚਲਾ ਤਾ ਸਾਰ ਦਿਓ ਇੰਨਾ ਕੁ ਜਾਣੀ ਧਿਆਨ ਰੱਖਣਾ ਪੈਂਦਾ ਬਾਈ ਅਤੇ ਆਹ ਮੁੰਡਾ ਆਪਣੇ ਪਿੰਡ ਦਾ ਆ ਗਿਆ ਨਵਾਂ ਜਿੰਦਾ ਹਰਜਿੰਦਰ ਸਿੰਘ ਜਿੰਦਾ ਇਹ ਮੇਰਾ ਆਡੀਓ ਹੀ ਆ ਮੇਰੇ ਨਾਲ ਹੀ ਪੜ੍ਹਦਾ ਹੁੰਦਾ ਸੀ ਹੁਣ ਆਪਾਂ ਹੁਣੇ ਹੀ ਲੈ ਆਉਂਦਾ ਇਹਨੂੰ ਵੀ ਨਾਲ ਹੀ ਇਹ ਨਵਾਂ ਆਇਆ ਤੇ 10 ਵਜੇ ਕਿਵੇਂ ਲੱਗਦਾ ਕੰਮ ਤੈਨੂੰ ਕੰਮ ਬਾਈ ਜੀ ਬਹੁਤ ਵਧੀਆ ਇੱਥੇ ਚੱਲਦਾ ਆਪਣਾ ਕੋਈ ਜ਼ਿਆਦਾ ਆਪਾਂ ਨੂੰ ਬਹੁਤ ਜ਼ਿਆਦਾ ਕੰਮ ਨਹੀਂ ਹੈਗਾ ਬਸ ਸਵੇਰੇ ਸ਼ਾਮ ਕੰਮ ਕਰਨਾ ਹੁੰਦਾ ਆਪਾਂ ਬਸ ਸਵੇਰੇ 3:30 ਘੰਟੇ ਕੰਮ ਕਰਦੇ ਹਾਂ ਅਤੇ ਸ਼ਾਮ ਨੂੰ 3:30 ਘੰਟੇ ਕੰਮ ਕਰਦੇ ਹਾਂ ਮਤਲਬ ਟੋਟਲ ਸਾਡੇ 8 ਘੰਟੇ 7 ਕੁ ਘੰਟੇ ਲੱਗਦੇ ਨੇ ਬਾਕੀ ਸਾਰਾ ਦਿਨ ਵਿਹਲੇ ਹੁੰਦੇ ਹਾਂ ਬਸ ਅਸੀਂ ਉਹ ਹੁੰਦੇ ਹਾਂ ਸਵੇਰੇ ਸ਼ਾਮ ਉਰੇ ਇੱਕ ਦੋ ਜਣੇ ਹੰਗਰੀ ਵਾਲੇ ਹੁੰਦੇ ਉਹ ਜਿਹੜਾ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਉਹ ਬੁੜਾ ਜਿਹਾ ਵੀ ਇਹ ਨਾਲ ਹੁੰਦਾ ਵਾ ਅਤੇ ਆਪਾਂ ਬਸ ਰਲ ਕੇ ਜਾਣੀ ਉਰੇ ਕੰਮ ਕਰੀ ਜਾਂਦੇ ਹਾਂ ਜਾਣੀ ਕਿਤੇ ਸੌਖਾ ਹੁੰਦਾ ਕਿਸੇ ਫਾਰਮ 'ਚ ਕਿਸੇ ਫਾਰਮ 'ਚ ਔਖਾ ਹੁੰਦਾ ਵਾ ਠੀਕ ਆ ਨਾ ਵੀ ਸੈੱਟ ਆ ਹੰਗਰੀ ਉਹ ਵਧੀਆ ਲੱਗਦੀ ਆ ਤੈਨੂੰ ਹੰਗਰੀ ਬਹੁਤ ਵਧੀਆ ਬਾਈ ਜਿਹੜੇ ਮੇਰੇ ਵੀਰੇ ਚਾਹ ਬਾਣੇ ਤੇ ਆਉਣ ਦੇ ਲਈ ਤੇ ਜ਼ਰੂਰ ਆਓ ਤੇ ਕੰਮ ਕਰੋ ਤੇ ਪੈਸੇ ਵੀਰੇ ਕਮਾਓ ਇੱਥੇ ਆ ਕੇ ਠੀਕ ਆ ਜੀ ਓਕੇ ਜੀ ਓਕੇ।